मेरे आज तक आम सुन जंदा दे मशहूर डॉक्टर ऐसा ਨਹੀਂ ਸੀ ਕਰਦਾ ਡਾਕਟਰ ਸਾਹਿਬ ਇਸ ਕਹਿਰ ਨੂੰ ਲੈ ਕੇ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਕਹਿਰ ਮਚ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਕਿਸ ਤਰੀਕੇ ਨਾਲ ਬਚਾ ਕੇ ਦੇ ਜਾ ਸਕਦੇ ਸਭ ਤੋਂ ਇੰਪੋਰਟੈਂਟ ਥਿੰਗ ਹੈ ਦੈਟ ਕੀਪ ਬੈਰੀਅਰ ਨਰਸਿੰਗ ਇੱਕ ਦੂਜੇ ਤੋਂ ਦੂਰ ਮੇਨਟੇਨ ਡਿਸਟੈਂਸ ਮੇਨਟੇਨ ਕਰਕੇ ਰੱਖੋ ਕਰਾਊਡਡ ਏਰੀਆ ਚ ਬਿਲਕੁਲ ਨਾ ਜਾਓ ਬੈਨਾ ਜਦੋਂ ਵੀ ਤੁਸੀਂ ਬਾਹਰ ਆਉਂਦੇ ਹੋ ਆਪਣੇ ਮੂੰਹ ਨੂੰ ਢੱਕ ਕੇ ਰੱਖੋ ਤਾਂ ਕਿ ਇੱਕ ਦੂਜੇ ਤੋਂ ਤੁਹਾਨੂੰ ਹੋਵੇ ਨਾ ਕਰਾਊਡਡ ਏਰੀਆ ਚ ਬਿਲਕੁਲ ਨਾ ਜਾਓ ਔਰ ਜਿੱਦਾਂ ਕੱਲ ਇੱਕ ਚੇਨ ਮੇਨਟੇਨ ਕਰ ਰਹੇ ਕਿ ਚੇਨ ਬ੍ਰੇਕ ਹੋ ਜਾਏ ਕੱਲ ਛੁੱਟੀ ਕਰਨੀ ਹੈ ਐਵਰੀਬਾਡੀ ਸ਼ੁੱਡ ਬੀ ਐਟ ਹੋਮ ਜਿੱਦਾਂ ਫੋਰਨ ਕੰਟਰੀ ਲੌਕਡਾਊਨ ਕਰ ਰਹੇ ਹੈ ਜੋ ਮੋਦੀ ਜੀ ਨੇ ਸਰਕਾਰ ਦਾ ਕੀਤਾ ਹੈ ਬਿਲਕੁਲ 100% ਐਗਰੀ ਵਿਦ ਦੈਟ ਉਹਨੂੰ ਚੇਨ ਨੂੰ ਮੇਨਟੇਨ ਜਿਹੜੀ ਚੇਨ ਨੂੰ ਬ੍ਰੇਕ ਕਰ ਦਾਂਗੇ ਇਟ ਵਿਲ ਬੀ ਵੈਰੀ ਬੈਨੀਫੀਸ਼ੀਅਲ ਫਾਰ ਫਰਦਰ ਇਨਕਰੀਜ਼ਿੰਗ ਦਾ खांसी बाहर जो देखी बाहर जाके देखी उठ के बाहर जाके परसों नहीं देखी ਤੇ ਇਹ ਚੀਜ਼ਾਂ ਥੋੜਾ ਧਿਆਨ ਰੱਖਣਾ ਹੈ ਕਿ ਕੋਈ ਇਦਾਂ ਡਰਨ ਵਾਲੀ ਕੋਈ ਗੱਲ ਨਹੀਂ ਹੈ ਕਿ ਪੇਸ਼ੈਂਟ ਨੂੰ ਤੁਹਾਡੇ ਵੱਲੋਂ ਕੋਈ ਤਰ੍ਹਾਂ ਦੀ ਸਹੂਲਤ ਹੈ ਕਿ ਮਾਸਕ ਨੂੰ ਸਪਲਾਈ ਦਾ ਕੋਈ ਡਿਸਟ੍ਰਿਬਿਊਟ ਹੋ ਰਿਹਾ ਹੈ ਮਾਸਕ ਆਪਾਂ ਸਾਰਿਆਂ ਨੂੰ ਡਿਸਟ੍ਰਿਬਿਊਟ ਨਹੀਂ ਕਰ ਸਕਦੇ ਜਿਹਨਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਦੇ ਵੀ ਰਹੇ ਆਪਾਂ ਤੇ ਸੈਨੇਟਾਈਜ਼ਰ ਵੀ ਰੱਖੇ ਬਾਹਰ ਵੀ ਰੱਖੇ ਅੰਦਰ ਅੰਦਰ ਵੜਨ ਤੋਂ ਪਹਿਲਾਂ ਸੈਨੇਟਾਈਜ਼ਰ ਵੀ ਯੂਜ਼ ਕਰਵਾ ਰਹੇ ਆ ਛੋਟੇ ਬੱਚੇ ਜਿਹੜੇ ਆ ਰਹੇ ਆ ਪ੍ਰੈਗਨੈਂਟ ਲੇਡੀਜ਼ ਜਿਹੜੀ ਆ ਰਹੀ ਹੈ ਜਿਨ੍ਹਾਂ ਦੀ ਬੱਚਿਆਂ ਦੇ ਵੱਡਿਆਂ ਦੀ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਜਿਹੜਾ ਡਾਇਬੀਟਿਕ ਪੇਸ਼ੈਂਟ ਹੋ ਗਿਆ ਥਾਇਰਾਇਡ ਪੇਸ਼ੈਂਟ ਹੋ ਗਏ ਜਾਂ ਕੋਈ ਓਲਡ ਪੇਸ਼ੈਂਟ ਆ ਉਹਨਾਂ ਨੂੰ ਆਪਾਂ ਪਹਿਲਾਂ ਪ੍ਰਾਇੋਰਟੀ ਬੇਸਿਸ ਤੇ ਦੇਖ ਲਈਦਾ ਅੰਦਰ ਜਿਹੜੀ ਕਮਰੇ ਦੇ ਵਿੱਚ ਜਦੋਂ ਆਪਾਂ ਤਿੰਨ ਤਿੰਨ ਚਾਰ ਚਾਰ ਇਕੱਠੇ ਦੇਖੀਦਾ ਇੱਕ ਇੱਕ ਬੰਦਾ ਅੰਦਰ ਵਾੜੀਦਾ ਤੇ ਸਾਰੇ ਆਪਣਾ ਸਟਾਫ ਨੂੰ ਪੂਰਾ ਆਪਾਂ ਮਾਸਕ ਰੋਜ਼ ਬਦਲੀ ਦਾ ਵੀ ਵੀ ਆਰ ਕੀਪਿੰਗ ਸੰਡੇ ਵੈਸੇ ਤੁਹਾਡਾ ਬੰਦ ਹੁੰਦਾ ਕਿ ਕੱਲ ਤੁਸੀਂ ਨਹੀਂ ਸੰਡੇ ਨੂੰ ਆਈ ਕੀਪ ਹਾਫ ਡੇ ਬੰਦ ਨਹੀਂ ਕਰਦਾ ਮੈਂ ਲੇਕਿਨ ਕੱਲ ਆਪਾਂ ਕੰਪਲੀਟਲੀ ਪੂਰਾ ਸਟਾਫ ਬੰਦ ਸਟਾਫ ਵੀ ਨਹੀਂ ਆਏਗਾ ਕੰਪਲੀਟ ਕੀਤਾ ਬਿਲਕੁਲ ਜੀ ਇਸ ਨੇ ਡਾਕਟਰ ਵਾਇਸ ਜਿਨ੍ਹਾਂ ਨੇ ਬਹੁਤ ਵਧੀਆ ਅਵੇਅਰਨੈਸ ਨਾਲ ਆਮ ਜਨਤਾ ਨੂੰ ਬਹੁਤ ਵਧੀਆ ਢੰਗ ਨਾਲ ਸੁਚੇਤ ਰਹਿਣ ਦੀ ਗੱਲਬਾਤ ਕੀਤੀ ਹੈ ਕੈਮਰਾਮੈਨ ਹਰਪ੍ਰੀਤ ਦੇ ਨਾਲ ਐਸ ਕੇ ਸਕਸੈਨਾ ਆਜ ਤੱਕ ਆਪਸ ਚ